ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਸਾਰੇ ਮੇਰੇ ਵੀਰ ਵਧੀਆ ਹੋਣਗੇ ਠੀਕ ਠਾਕ ਹੋਣਗੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਦੋਸਤੋ ਅੱਜ ਹੋ ਗਈ ਆ 5 5 24 5 ਮਈ 2024 ਦਿਨ ਹੋ ਗਿਆ ਅੱਜ ਐਤਵਾਰ ਚਿੰਕਵੇ ਮਾ ਜੋ 2 ਮਿਲਾ 24 ਜਰਨਾਤਾ ਡੋਮੇਨਿਕਾ ਸਾਰੇ ਮੇਰੇ ਹੈਪੀ ਸੰਡੇ ਤੇ ਬੁਣਾ ਡੋਮੇਨਿਕਾ ਤੇ ਹਾਜ਼ਰ ਆਪਾਂ ਲੈ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਮਾਹੀ ਮੰਗਦਾ ਵੀ ਆਪਣੀ ਡੇਲੀ ਵੀਡੀਓ ਨਹੀਂ ਆ ਰਹੀ ਕਿਉਂਕਿ ਥੋੜੀ ਜੀ ਲਾਈਫ ਬਿਜੀ ਆ ਚੱਲ ਰਹੀ ਹੈ ਨਾ ਤੇ ਕਾਰਨ ਦੱਸਾਂਗੇ ਕਿਸ ਦਿਨ ਫੇਰ ਵੀਡੀਓ ਦੇ ਵਿੱਚ ਕਿਉਂ ਲਾਈਫ ਬਿਜੀ ਹੋਈ ਹੈ ਕਿਵੇਂ ਨਹੀਂ ਤੇ ਜਦੋਂ ਵੀ ਟਾਈਮ ਮਿਲਦਾ ਤੇ ਉਦੋਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੋ ਜੰਨੇ ਆ ਤੇ ਅੱਜ ਹਾਜ਼ਰਾਂ ਨਵੀਆਂ ਜਾਣਕਾਰਾਂ ਲੈ ਕੇ ਤੁਹਾਡੇ ਵਾਸਤੇ ਤੁਹਾਡੇ ਕੰਮਦਗ ਜਾਣਕਾਰੀਆਂ ਸਾਰੀਆਂ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਹਨਾ ਜਿਹੜੇ ਮੇਰੇ ਵੀਰਾਂ ਨੇ ਇਟਲੀ ਦੇ ਵਿੱਚ ਆਉਣਾ ਜਾਂ ਆ ਚੁੱਕੇ ਆ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਮਿਸ ਨਾ ਕਰਿਓ ਸਕਿਪ ਨਾ ਕਰਿਓ ਕਿਉਂਕਿ ਤੁਹਾਡੇ ਹੀ ਕੰਮ ਦੀ ਜਾਣਕਾਰੀ ਹੈ ਤੇ ਜਿਹਨੇ ਹਜੇ ਤੱਕ ਲਾਈਕ ਨਹੀਂ ਕੀਤਾ ਉਹ ਨਾ ਭੁੱਲੋ ਤੇ ਬਾਕੀ ਜਿਹਨੇ ਲਾਈਕ ਕਰਨਾ ਬਾਅਦ ਚ ਵੀਡੀਓ ਵੇਖ ਕੇ ਪੂਰੀ ਫੇਰ ਵੀ ਲਾਈਕ ਕਰ ਦਿਓ ਵੀ ਭਾਜੀ ਗੱਲ ਸਹੀ ਹੈ ਤੁਹਾਡੀ ਫੇਰ ਤਾਂ ਜਰੂਰ ਲਾਈਕ ਕਰ ਦਿਓ ਪਰ ਲਾਈਕ ਕਰਨਾ ਨਾ ਭੁੱਲਿਓ ਦੂਜਾ ਜ ਆ ਲਾਈਵ ਆਵਾਂਗੇ ਸ਼ਾਇਦ ਉਸੇ ਟਾਈਮ 12:30 ਬਜੇ ਦੇ ਵਿੱਚ ਵਿੱਚ ਸ਼ਾਇਦ ਜੇ ਆਇਆ ਗਿਆ ਤਾਂ ਕਿਉਂਕਿ ਤੁਹਾਨੂੰ ਮੈਂ ਦੱਸਿਆ ਵੀ ਲਾਈਵ ਥੋੜੀ ਬਿਜੀ ਚੱਲ ਰਹੀ ਹੈ ਅੱਛਾ ਮੇਨ ਗੱਲ ਇੱਕ ਬਹੁਤ ਜ਼ਰੂਰੀ ਤੁਹਾਡੇ ਕੰਮ ਦੀ ਦੱਸਣੀ ਹੈ ਮੈਂ ਲਾਰਟਸ ਤੇ ਵੀਡੀਓ ਤੇ ਸ਼ੇਅਰ ਕਰਦਾ ਤੇ ਉਸ ਤੋਂ ਪਹਿਲਾਂ ਗੱਲ ਕਰਦੇ ਆ ਪੇਪਰਾਂ ਦੀ ਜਿਹੜੇ ਨਿਕਰੇ ਪੇਪਰ ਨੂਲੇ ਉਸਤਿਆਂ ਦੀ ਗੱਲ ਕਰਦੇ ਆ ਨੂਲੇ ਉਸਤੇ ਜਿਹੜੇ ਦੋਸਤੋ ਵੀ ਨਿਕਰੇ 9 ਮਹੀਨੇ ਵਾਲੇ ਜਿਹੜੇ ਮਾਰਚ 25 ਦੇ ਵਿੱਚ ਅਪਲਾਈ ਹੋਏ ਸੀ ਨਾ 9 ਮਹੀਨਿਆਂ ਨੂਲੇ ਉਸਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹੜਿਆ ਵੀ 18 ਅਪ੍ਰੈਲ ਮਾਰਚ 25 ਜਿਹੜੇ ਅਪਲਾਈ ਹੋਏ ਸੀ ਕਲੈਕ ਹੋਏ ਸੀ ਉਹ 18 ਅਪ੍ਰੈਲ ਦਾ ਪਹਿਲਾ ਝਟਕਾ ਜਿਹੜਾ ਉਹਨਾਂ ਨੇ ਕੱਢਿਆ ਉਹ ਹੌਲੀ 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 ਸਾਰੇ ਮੇਰੇ ਵੀਰਾਂ ਨੂੰ ਮਿਲ ਰਹੇ ਆ ਕਈਆਂ ਤੋਂ ਉਸੇ ਉਸ ਤੋਂ 2-3 ਦਿਨ ਬਾਅਦ ਹੀ ਮਿਲ ਗਏ ਸੀਗੇ ਪਰ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਜਿਵੇਂ ਜਿਵੇਂ ਏਜੰਟ ਤੋਂ ਵਕੀਲ ਵਕੀਲ ਤੋਂ ਅਗਲਾ ਵਕੀਲ ਪੇਪਰ ਦਿੰਦਾ ਉਵੇਂ ਮੈਂ ਪੇਪਰ ਲੈ ਰਹੇ ਆ ਮਤਲਬ ਉਹ ਨਿਕਲੇ 18 April ਦਾ ਝਟਕਾ ਸੀਗਾ ਉਹਨੂੰ ਕਹਿੰਦੇ 18 April ਦਾ ਝਟਕਾ ਹਨਾ ਤੇ ਬਹੁਤ ਜ਼ਿਲ੍ਹਿਆਂ ਤੋਂ ਖਬਰਾਂ ਆ ਰਹੀ ਐ ਜਿਵੇਂ ਹੁਣ ਗਰਾਉਂਡ ਲੱਗ ਜਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਐ ਹਨਾ ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸ ਕੇ ੜਿਆ ਵੀ ਆਪਣੇ ਕੋਲ ਟਾਈਮ ਨਹੀਂ ਲੱਗਦਾ ਵੀਡੀਓ ਪਾਉਣ ਦੀ ਮੈਂ ਤਾਂ ਇਕੱਲਾ ਇਕੱਲਾ ਸ਼ਹਿਰ ਗਰਾਂਦਾ ਵੀ ਕਿੱਥੋਂ ਕਿਹੜੇ ਟਾਈਮ ਦੇ ਕਿੰਨੇ ਨਿਕਲੇ ਐ ਜੋ ਟਾਈਮ ਲੱਗਿਆ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਇਹ ਤਾਂ ਸੀਗੇ 25 ਮਾਰਚਲੇ ਇਨਾਲਮੇਖ ਹੋਰ ਦਾ ਦਨ। ਬਈ ਜਿਹੜੀ ਦੂਜੀ ਲਿਸਟ ਆ 9 ਮਹੀਨੇ ਵਾਲੀ ਹਜੇ ਉਹ ਵੀ ਆਉਣੀ ਬਾਕੀ ਆ। ਜਿੰਨੇ ਕ ਨਿਕਲੇ ਪੇਪਰ ਨਾਲ ਉਹਨੇ ਇੱਕ ਹੀ ਹੋਰ ਨਿਕਲਣਗੇ 9 ਮਹੀਨੇ ਵਾਲੇ। ਕੱਲੀ 9 ਮਹੀਨੇ ਵਾਲੀ ਗੱਲ ਕਰਦਾ ਮੈਂ। ਬਈ ਜਿਹਦੇ ਨਹੀਂ ਨਿਕਲੇ ਪੇਪਰ ਉਹ ਹੌਸਲਾ ਨਾ ਛੱਡੋ 9 ਮਹੀਨੇ ਵਾਲੇ ਪੇਪਰ ਹੁਣ ਨਿਕਲਣਗੇ ਹੀ ਨਿਕਲਗੇ ਇੰਨੇ ਕ ਪੇਪਰਾਂ ਦੀ ਲਿਸਟ ਹੈ ਜੇ ਹੋਰ ਜਾਰੀ ਹੋਣੀ ਹੈ ਉਹ ਕਦੋਂ ਜਾਰੀ ਕਰਦੀ ਹੈ ਸਰਕਾਰ ਇਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦੇ ਅੱਛਾ ਸਾਲ ਦੇ ਪੇਪਰਾਂ ਦੀ ਪਹਿਲਾਂ ਕਨਵਰਸਿਓਨ ਵਾਲੇ ਜਿਹੜੇ ਮੇਰੇ ਵੀਰ ਇਟਲੀ ਦੇ ਵਿੱਚ ਆ ਗਏ ਸੀਗੇ ਜਿਨ੍ਹਾਂ ਨੇ ਪੇਪਰ ਚੇਂਜ ਕਰਵਾਏ ਆ 9 ਮਹੀਨੇ ਤੋਂ ਸਾਲ ਦੇ ਹਨ ਉਹ ਵੀ ਪੇਪਰ ਨਿਕਲਣੇ ਸ਼ੁਰੂ ਹੋ ਗਏ ਆ ਇੱਕ ਮੇਰੇ ਵੀਰ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਆ ਬਹੁਤ ਬਹੁਤ ਮਿਹਰਬਾਨੀ ਹੈ ਵੀਰ ਦੀ ਸਪੈਸ਼ਲ ਥੈਂਕਸ ਕਰਦੇ ਆ ਮੈਂ ਨਾ ਹੁਣ ਭੁੱਲ ਗਿਆ ਵੀਰ ਦਾ ਨੋਟ ਨਹੀਂ ਕੀਤਾ ਲਤੀਨਾ ਤੋਂ ਟਾਈਮਿੰਗ ਸੀਗੀ 9:02 ਮਿੰਟ 52 ਸੈਕਿੰਡ ਕਨਵਰਸੀ ਆਉਣੇ ਵਾਲਾ ਲਤੀਨਾ ਤੋਂ ਉਹਦਾ ਦਮਾਂ ਦਾ ਵੀਰ ਦਾ ਓਕੇ ਹੋ ਗਿਆ ਠੀਕ ਹੈ ਮੇਲ ਆ ਗਈ ਹੈ ਸਾਰਾ ਕੁਝ ਓਕੇ ਹੈ ਇਹ ਕਰਕੇ ਜਿਹੜੇ ਵੀਰ ਵੀ ਕਨਵਰਸੀ ਨਾਲੇ ਕੀਤੇ ਸੀਗੇ ਉਹ ਵੀ ਨਿਕਰੇ ਆ ਸਾਲੇ ਪੇਪਰਾਂ ਦੀ ਗੱਲ ਕਰਦਾ ਸਾਲੇ ਪੇਪਰਾਂ ਬਾਰੇ ਵੀਰ ਪੁੱਛਦਾ ਵੀ ਵੀ ਕਦੋਂ ਸਟਾਰਟ ਹੋਊਗਾ ਕੰਮ ਇਹ ਉਹ ਤੁਸੀਂ ਮੇਰੇ ਵੀਰ ਹਜੇ ਵੇਟ ਕਰੋ 15 ਮਈ ਤੋਂ ਬਾਅਦ 15 ਮਈ ਤੋਂ ਬਾਅਦ ਅਪਡੇਟਾਂ ਸਾਲੇ ਪੇਪਰਾਂ ਦੇ ਨਾਲ ਸ਼ੁਰੂ ਹੋ ਜਾਣੀਆਂ ਆਉਣਗੀਆਂ ਉਸ ਤੋਂ ਪਹਿਲਾਂ ਵੀ ਹੋ ਸਕਦੀ ਆ ਕੋਈ ਕੋਈ ਕਈ ਜ਼ਿਲ੍ਹਿਆਂ ਦੇ ਵਿੱਚੋਂ ਹੋ ਸਕਦੀ ਆ ਤੇ ਪਰ 15 ਮਈ ਤੋਂ ਬਾਅਦ ਤਾਂ ਪੱਕੇ ਹੀ ਆ ਵੀ ਅਪਡੇਟ ਆਉਣ ਲੱਗ ਜੂਗੀ ਵੀ ਕਿਹੜਾ ਜ਼ਿਲ੍ਹਾ ਦੇ ਕਿਉਂਕਿ ਹਜੇ ਤੱਕ ਸਾਲੇ ਪੇਪਰ ਕੋਟਿਆਂ ਦੇ ਵਿੱਚ ਵੀ ਨਹੀਂ ਸ਼ੋਅ ਹੋ ਰਹੇ ਅਪਡੇਟ ਨਹੀਂ ਕੋਈ ਚੱਲ ਰਹੀ ਕਿਉਂਕਿ ਅਸੀਂ ਡੇਲੀ ਚੈੱਕ ਕਰਦੇ ਮੈਂ ਵੀ ਕਰਦਾ ਮੇਰਾ ਕੋਰਮਰਚੀ ਲਿਸਟਾ ਵੀ ਕਰਦਾ ਤੇ ਮੇਰੇ ਕੋਲੀਗੋ ਵੀ ਕਰਦੇ ਜਿਹੜੇ ਆਪਣੇ ਨਾਲ ਕੰਮ ਕਰਦੇ ਜਿਹੜੇ ਮੁੰਡੇ ਹਨਾ ਜਿੰਨਾਂ ਦੀਆਂ ਆਪਦੀਆਂ ਏਜੰਸੀਆਂ ਤੇ ਡੇਲੀ ਚੈੱਕ ਕਰਦੇ ਸਾਡੇ ਪੇਪਰਾਂ ਦੀ ਕੋਈ ਅਪਡੇਟ ਨਹੀਂ ਆਈ ਨਾ ਹੀ ਕੀ ਆ ਰਹੀ ਆ ਕੋਈ ਘਰਾਂ ਦੇ ਪੇਪਰਾਂ ਦੀ ਜਿਹੜੇ ਜਮ ਐਸ਼ਟ ਪੇਪਰਾਂ ਦੀ ਉਹਨਾਂ ਦੀ ਵੀ ਕੋਈ ਹਜੇ ਤੱਕ ਅਪਡੇਟ ਨਹੀਂ ਆ ਰਹੀ ਅੱਛਾ ਗੱਲ ਕਰਦਾ ਮੇਰੇ ਆਪਦੇ ਜ਼ਿਲ੍ਹੇ ਦੀ ਲੇਚੇ ਦੀ ਲੇਚੇ ਜ਼ਿਲ੍ਹੇ ਦੇ ਵਿੱਚ 9 ਮਹੀਨੇ ਵਾਲੇ ਪੇਪਰ 9 ਵਜੇ 2 ਮਿੰਟ 47 ਸੈਕਿੰਡ ਤੱਕ ਨੌ ਮਹੀਨਲੇ ਪੇਪਰ ਨਿਕਲ ਚੁੱਕੇ ਆ ਤੇ ਜੇਕਰ ਦੂਜੀ ਲਿਸਟ ਜਦੋਂ ਜਾਰੀ ਹੁੰਦੀ ਆ ਲੇਚੇ ਜ਼ਿਲ੍ਹੇ ਦੀ ਮੈਂ ਕਰਦਾ ਦੋਸਤੋ ਲੇਚੇ ਦੀ 9:05 ਮਿੰਟ ਤੱਕ ਜਿਹਦੇ ਕਲਿਕ ਟਾਈਮ ਹੈਗਾ ਉਹਨਾਂ ਦੇ ਸਾਰੇ ਪੇਪਰ ਨਿਕਲਣਗੇ ਲੇਚੇ ਜਿਹੜੇ ਇਕੱਲੇ ਬਾਕੀ ਜ਼ਿਲ੍ਹਿਆਂ ਦੀ ਮੈਨੂੰ ਅਪਡੇਟ ਹੈਣੀਗੀ ਇੰਨੇ ਜਿਹੜੇ ਤੁਹਾਨੂੰ ਪਤਾ ਵੀ 120 ਜ਼ਿਲ੍ਹੇ ਆ 119 20 ਜ਼ਿਲ੍ਹੇ ਆ ਤੇ ਮੈਂ ਆਪਦੇ ਜ਼ਿਲ੍ਹੇ ਦੀ ਥੋੜੀ ਜਿਹੀ ਜ਼ਿਆਦਾ ਖਬਰ ਰੱਖਦਾ ਹੁਣਾਂ ਅੱਛਾ ਇਹ ਤਾਂ ਹੋ ਗਈ ਪੇਪਰਾਂ ਦੀ ਅਪਡੇਟ ਨੂਲੇ ਉਸ ਤੇ ਦੀ ਅਪਡੇਟ ਅੱਗੇ ਮੈਂ ਗੱਲ ਕਰਦਾ ਵੀ ਨੂਲੇ ਉਸੇ ਨਿਕਰੇ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੁਣ ਇੱਥੇ ਗੱਲ ਇਹ ਰੱਖਣ ਵਾਲੀ ਧਿਆਨ ਚ ਬਈ ਸਾਧਾ ਰਹੋ ਕਿਉਂਕਿ ਨੂਲੇ ਉਸੇ ਨਿਕਰੇ ਆ ਇਹ ਨਾ ਹੋਵੇ ਤੁਹਾਨੂੰ ਕੋਈ ਜਾਲੀ ਨੂੰ ਲਾ ਉਸ ਦਾ ਹੱਥ ਜਿਫੜਾ ਲੇ ਜਾਲੀ ਨੂੰ ਲਿਆ ਉਸ ਦਾ ਮਤਲਬ ਇਹ ਆ ਹੁਣ ਮੈਂ ਤੁਹਾਡੇ ਨਾਲ ਉਹ ਫੋਟੋ ਸ਼ੇਅਰ ਨਹੀਂ ਕਰ ਸਕਦਾ ਵੀਰ ਨੇ ਆਪ ਨੂੰ ਦੱਸਿਆ ਸੀ ਕਿਹਾ ਸੀਗਾ ਵੀ ਭਾਜੀ ਫੋਟੋ ਨਾ ਸ਼ੇਅਰ ਕਰੋ ਤੇ ਤੁਸੀਂ ਮੋਬਾਈਲਿੰਗ ਦੇ ਦਿਓ ਉਦਾਂ ਜਾਲੀ ਨੂੰ ਲਿਓ ਉਸ ਦਾ ਮਤਲਬ ਇਹ ਆ ਵੀ ਤੁਸੀਂ ਪਹਿਲਾਂ ਤਾਂ ਤੁਹਾਡੇ ਕੋਲ ਜੇਕਰ ਤੁਹਾਨੂੰ ਕੋਈ ਵੀ ਏਜੰਟ ਨੂੰ ਲਾਉਸਤਾ ਭੇਜਦਾ ਬਈ ਯਾਤਰੀ ਪੇਪਰ ਨਿਕਲੇ ਆ ਤਰੇ ਨੂੰ ਲਿਓ ਉਸ ਦੀ ਫੋਟੋ ਕਾਪੀ ਹੈ ਫੋਟੋ ਆ ਠੀਕ ਹੈ ਪਹਿਲਾਂ ਤਾਂ ਤੁਸੀਂ ਉਹਦੇ ਤੇ ਚੈੱਕ ਕਰੋ ਰਸੀਦ ਚੈੱਕ ਕਰੋ ਤੇ ਨੂੰ ਲਾਉਸਤਾ ਵੇਖੋ ਦੋਵੇਂ ਪਾਸੇ ਮਰਸੀਦ ਦੇ ਉੱਤੇ ਕਿਹੜਾ ਜ਼ਿਲ੍ਹਾ ਤੇ ਨੂਲੇ ਉਸਤੇ ਦੇ ਉੱਤੇ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਚੈੱਕ ਕਰੋ ਉਸ ਤੋਂ ਬਾਅਦ ਮਾਡਲ ਉਹ ਚੈੱਕ ਕਰੋ ਮਾਡਲ ਚੈੱਕ ਕਰੋ ਭਈ ਮੇਰੀ ਰਸੀਦ ਦੇ ਉੱਤੇ ਮਾਡਲ B2020 ਹੈ ਕਿ 9 ਮਹੀਨਿਆਂ ਦਾ ਸੀ ਸਟੇਜ ਆ ਨੂਲੇ ਉਸਤੇ ਨੂੰ ਚੈੱਕ ਕਰੋ ਵੀ ਉਹ 9 ਮਹੀਨਿਆਂ ਦਾ ਕਿ ਸਾਬਾ ਠੀਕ ਹੈ ਜੇਕਰ ਉਹ ਇਟ ਡਿਫਰੈਂਸ ਆਉਂਦਾ ਫਰਕ ਆਉਂਦਾ ਫਿਰ ਵੀ ਤੁਸੀਂ ਫੇਕ ਸਮਝੋ ਮਾਲਕ ਚੈੱਕ ਕਰੋ ਠੀਕ ਆ ਰਸੀਦ ਦੇ ਉੱਤੇ ਮਾਲਕ ਦਾ ਕੀ ਨਾਂ ਨੂਲੇ ਉੱਤੇ ਦੇ ਉੱਤੇ ਮਾਲਕ ਦਾ ਕੀ ਨਾਂ ਉਹ ਚੈੱਕ ਕਰੋ ਤਰੀਕਾਂ ਚੈੱਕ ਕਰੋ ਨੂਲੇ ਉੱਤੇ ਦੇ ਉੱਤੇ ਤੇ ਰਸੀਦ ਦੇ ਉੱਤੇ ਵੀ ਕਿੰਨੀ ਤਰੀਕ ਨੂੰ ਕਲੈਕ ਪੇਪਰ ਅਪਲਾਈ ਹੋਏ ਸੀ ਨੂਲੇ ਉੱਤੇ ਦੇ ਉੱਤੇ ਤਰੀਕ ਹੁੰਦੀ ਹੈ ਜ਼ਿਲ੍ਹਾ ਚੈੱਕ ਕਰੋ ਜ਼ਿਲ੍ਹਾ ਵੀ ਲਿਖਿਆ ਹੁੰਦਾ ਨੂਲੇ ਉੱਤੇ ਦੇ ਉੱਤੇ ਉਹ ਤਾਂ ਹੁੰਦਾ ਹੀ ਹੁੰਦਾ ਤੇ ਰਸੀਦ ਦੇ ਉੱਤੇ ਵੀ ਜ਼ਿਲ੍ਹੇ ਦੇ ਜੋ ਪਹਿਲੇ ਅੱਖਰ ਲਿਖੇ ਹੁੰਦੇ ਆ ਇੱਕ ਮੇਰਾ ਵੀਰ ਇਸੇ ਚੱਕਰ ਦੇ ਵਿੱਚ 9 ਲੱਖ ਦੀ ਠੱਗੀ ਮਾਰਾ ਬੈਠਾ ਦੋਸਤ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਵੀਰ ਦਾ ਸਾਰਾ ਕੁਝ ਹੈ ਬਾਇਓ ਡਾਟਾ ਹਨਾ ਸਾਰਿਆਂ ਦੀ ਪ੍ਰਾਈਵੇਸੀ ਹੁੰਦੀ ਹੈ ਪਰ ਤੁਸੀਂ ਖੁਦ ਇੰਨਾ ਕੁਸਤਾ ਚੈੱਕ ਕਰ ਸਕਦੇ ਆ ਮੇਰੇ ਭਾਈ ਜੇ ਮਾਤਪਕ ਤੋਂ ਹੀ ਮਾਤੜ ਬੰਦਾ ਹੈਗਾ ਉਹ ਤਾਂ ਨਹੀਂ ਜੇ ਕਿਹ ਰਿਸ਼ਤੇਦਾਰ ਨਹੀਂ ਪਰ ਇਹ ਉਹ ਵੀ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਜਿੰਨਾ ਆਪ ਪੈਸੇ ਲਾਉਣੇ ਆ ਉਹ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਮੇਰੇ ਭਾਈ ਇੱਕ ਇੱਕ ਮੇਰੇ ਭਾਈ ਨੇ ਮੇਰੇ ਰਹੀਂ ਕੰਮ ਕਰਾਇਆ ਜੇ ਮੈਨੂੰ ਹੀ ਕਹੀ ਜਾਵੇ ਮੇਰੀ ਵੀਡੀਓ ਭੇਜ ਭੇਜ ਗਈ ਵੀ ਭਾਈ ਆ ਸਹੀ ਆ ਕਿਵੇਂ ਆ ਕਿਵੇਂ ਨਹੀਂ ਉਹ ਮੈਂ ਕਿਹਾ ਭਰਾ ਮੈਂ ਤੇ ਤੁਹਾ ਆਪ ਦੀ ਗਾਰੰਟੀ ਦਿੱਤੀ ਸਾਰਾ ਕੁਝ ਦਿੱਤਾ ਤੇ ਮੇਰੀ ਵੀਡੀਓ ਮੈਨੂੰ ਹੀ ਭੇਜੀ ਜਾਣਾ ਹੈ ਨਾ ਮੈਂ ਤੂੰ ਬੇਫਿਕਰ ਹੈ ਅੱਛਾ ਸੋ ਸਾਧਾਰਿਓ ਮੇਰੇ ਭਾਈ ਕਿਉਂਕਿ ਹਜਿਕੱਲ ਜਿਹੜੇ ਦੇ ਚੱਲ ਰਿਹਾ ਨਾ ਨੂਲੇ ਉਸ ਤੇ ਮੰਨ ਲਾ ਕਿਸੇ ਦੇ ਕੋਈ ਤੁਹਾਨੂੰ ਪੰਜ ਭੇਜਦਾ ਉਹਦੇ ਚੋਂ 1 2 ਜਾਲੀ ਵੀ ਹੋ ਸਕਦੇ ਆ ਬੰਦੇ ਤੋਂ ਪ੍ਰੋਟੋਕਾਲ ਨੰਬਰ ਮੰਗਾਓ ਆਪ ਦਾ ਚੈੱਕ ਕਰਵਾਓ ਅੰਬੈਸੀ ਤੋਂ ਨੂਲਾ ਉਸ ਦਾ ਭੇਜਣ ਵਾਲਾ ਬੰਦਾ ਉਹ ਕਦੇ ਨਹੀਂ ਰੱਖੂਆ ਪ੍ਰੋਟੋਕਾਲ ਨੰਬਰ ਨੂਲੇ ਉਸ ਦੀ ਕਾਪੀ ਸਾਹਮਣੇ ਫੋਟੋ ਭੇਜ ਸਕਦਾ ਤੁਹਾਨੂੰ ਕੋਈ ਚੱਕਰ ਨਹੀਂ ਕੱਲਾ ਨੂਲਾ ਉਸ ਦਾ ਕਦੇ ਨਹੀਂ ਕੰਮ ਆਉਣਾ ਨਾਲ ਮਾਰਕ ਦੇ ਡਾਕੂਮੈਂਟ ਹੋਣਗੇ ਤੇ ਫੇਰ ਹੀ ਉਹ ਜਮ੍ਹਾਂ ਹੋਊਗਾ ਅੱਛਾ ਅਪਾਇੰਟਮੈਂਟਾਂ ਦੀ ਗੱਲ ਕਰਦੇ ਹਾਂ ਅਪਾਇੰਟਮੈਂਟ ਅਜੇ ਤੱਕ ਓਪਨ ਨਹੀਂ ਹੋਈਆਂ ਵੇਟ ਕਰੋ ਠੀਕ ਹੈ ਤੇ ਜਿਹਦੇ 15 ਦਿਨ ਤੋਂ ਘੱਟ ਰਹਿ ਗਏ ਆ ਉਹ ਤੁਸੀਂ ਸਿੱਧੇ ਨਵੀਂ ਦਿੱਲੀ ਐਮਬੈਸੀ ਦੇ ਵਿੱਚ ਪੇਸ਼ ਹੋ ਜਾਓ ਤੁਹਾਡੇ ਪੇਪਰ ਜਮ੍ਹਾਂ ਹੋ ਜਾਣਗੇ ਬਾਕੀ ਜਦੋਂ ਵੀ ਅਪਾਇੰਟਮੈਂਟਾਂ ਮੈਲ ਖੁੱਲਣਗੀਆਂ ਹੁਣ ਹੌਣ ਨਹੀਂ ਉਹ ਜਿਵੇਂ ਕਹਿੰਦੇ ਹਨ ਨਾ ਹੜਤਾਲ ਦੀ ਨੀਮਤ ਨਹੀਂਗੀ ਹੌਣ ਉਹੀ ਚੱਕੂਗਾ ਅਪਾਇੰਟਮੈਂਟ ਹੈ ਜਿਹਦੇ ਕੋਲ ਨੁਲਾ ਉਸਤਾ ਹੈਗਾ ਸੋ ਉਹ ਸਲੌਟ ਆ ਜਿਹੜੇ ਓਪਨ ਹੀ ਰਹਿਣਗੇ ਤਕਰੀਬਨ ਤੁਸੀਂ ਵੇਖ ਲਿਓ ਭਲਾਂ ਤੇ ਉਹੀ ਚੱਕ ਸਹੂਗਾ ਜਿਹਦੇ ਕੋਲੇ ਨੁਲਾ ਉਸਤਾ ਨੁਲਿਓ ਉਸੇ ਦਾ ਪ੍ਰੋਟੋਕੋਲ ਨੰਬਰ ਹੈਗਾ ਉਹੋ ਹੀ ਹੀ ਭਰ ਕੇ ਚੱਕੂਗਾ ਇਹ ਨਹੀਂ ਵੀ ਜਣਾ ਖਣਾਈ ਚੱਕ ਤਰੂਗਾ ਅਪਾਇੰਟਮੈਂਟ ਸੋ ਜਿਹੜਾ ਮਾਤੜ ਬੰਦਾ ਹਜੇ ਵੀ ਹੈ ਤੇ ਉਹ ਆਪਣੇ चौहान ਵੀਰ ਨਾਲ ਕੰਟੈਕਟ ਕਰ ਸਕਦਾ ਉਹਦਾ ਮੈਨ ਨੰਬਰ ਸ਼ੇਅਰ ਕਰਦਾ ਹੁੰਦਾ ਤੇ ਲੋੜ ਬਾਕੀ ਖੁੱਲੇ ਰਹਿਣਗੇ ਜਦੋਂ ਓਪਨ ਹੋਣਗੇ ਖੁੱਲੇ ਰਹਿਣਗੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੀ ਅੱਛਾ ਫਾਈ ਫੈਮਿਲੀ ਵੀਜ਼ੇ ਦਾ ਨੂ ਲਾਸਤਾ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਵੀ ਫੈਮਿਲੀ ਵੀਜ਼ੇ ਵਾਸਤੇ ਜਿਹੜਾ ਨੂ ਲਾਸਤਾ ਅਪਲਾਈ ਕੀਤਾ ਤੁਹਾਡੇ ਘਰ ਵਾਲਿਆਂ ਨੇ ਇਧਰੋਂ 6 ਤੋਂ ਲੈ ਕੇ 8 7 9 ਮਹੀਨੇ ਵੀ ਲੱਗ ਸਕਦਾ ਹੈ ਫੈਮਿਲੀ ਵੀਜ਼ੇ ਦੇ ਨੂ ਲਿਓਸ ਤੇ ਹੱਥ ਤੇ 6 ਮਹੀਨੇ ਦਾ ਟਾਈਮ ਤਾਂ ਉਹਨਾਂ ਨੇ ਲਿਆ ਹੁੰਦਾ ਉਸ ਤੋਂ ਬਾਅਦ ਬਾਅਦ ਵੀ ਲੱਗ ਸਕਦਾ ਬਾਕੀ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਇਸ ਪੈਡ ਆਈ ਡੀ ਨਾਲ ਵੀ ਚੈੱਕ ਕਰ ਸਕਦੇ ਆ ਜਿਨੇ ਅਪਲਾਈ ਕੀਤਾ ਜਾਂ ਪਰਫਾਤੂਰੇ ਜਾ ਕੇ ਵੀ ਪਤਾ ਕਰ ਸਕਦੇ ਆ ਅੱਛਾ ਇਹ ਅੰਬੈਸੀ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇੱਕ ਗੱਲ ਹੋਰ ਜ਼ਰੂਰੀ ਕਰਤੀ ਹੈ ਅਪਾਇੰਟਮੈਂਟ ਆਸਤੇ ਤਾਂ ਪ੍ਰੋਟੋਕੋਲ ਨੰਬਰ ਚਾਹੀਦੇ ਚਾਹੀਦਾ ਅੰਬੈਸੀ ਦੇ ਵਿੱਚ ਪਹਿਲਾਂ ਵੀ ਬਹੁਤ ਵੀਡੀਓ ਸ਼ੇਅਰ ਕੀਤਾ ਵੀ ਹੌਣ ਜਿਹੜੇ ਮੇਰੇ ਵੀਰ ਜਾ ਰਹੇ ਆ ਉਹ ਨੂਲਾ ਉਸਤਾ ਕੱਲਾ ਨਾ ਲੈ ਕੇ ਜਾਏ ਉਹ ਨੂਲੇ ਉਸਤੇ ਦਾ ਮਾਲਕ ਦਾ ਜਿਹੜਾ ਫੋਟੋ ਵਾਲਾ ਆਈਡੀ ਪ੍ਰੂਫ ਆ ਮੰਨ ਲਓ ਤੁਹਾਡਾ ਆਧਾਰ ਕਾਰਡ ਆ ਫੋਟੋ ਵਾਲਾ ਹੈ ਨਾ ਇਸ ਤਰ੍ਹਾਂ ਹੀ ਮਾਲਕ ਦਾ ਆਇਡੈਂਟੀਟੀ ਕਾਰਡ ਹੁੰਦਾ ਕੱਲਾ ਹੀ ਚਾਹੀਦਾ ਆਈਡੀ ਪ੍ਰੂਫ ਕਮੂਨੇ ਤੋਂ ਅਟੈਸਟਡ ਹੋਣਾ ਹੋਇਆ ਚਾਹੀਦਾ ਨੰਬਰ 2 ਤੇ ਡਿਕਰਾਸ ਹੋਣੀ ਹੁੰਦੀ ਹੈ ਜਿਹੜੀ ਉਹ ਵੀ ਕਮੂਨੇ ਤੋਂ ਟੈਸਟਡ ਹੋਣੀ ਚਾਹੀਦੀ ਹੈ ਨੰਬਰ 3 ਤੇ ਕੰਟਰੈਕਟ ਤੋਂ ਸਟੀਪੂਲਾ ਦੀ ਲਬੋਰੋ ਉਹ ਵੀ ਮਾਲਕ ਦੇ ਸੈਣ ਹੋਣੇ ਚਾਹੀਦੇ ਉਹ ਕਮੂਨ ਦੇ ਤੋਂ ਡੈਸ਼ਟ ਨਹੀਂ ਹੁੰਦਾ ਉਹ ਮਾਲਕ ਦੇ ਸੈਣ ਹੀ ਹੁੰਦੇ ਆ ਇਹ ਤਿੰਨ ਚੀਜ਼ਾਂ ਤੇ ਪਲੱਸ ਨੂੰ ਲਾਉ ਉਸਤਾ ਚਾਰ ਚੀਜ਼ਾਂ ਤੁਹਾਨੂੰ ਇਟਲੀ ਤੋਂ ਜਾਣੀਆਂ ਠੀਕ ਆ ਇਹਨਾਂ ਦਾ ਪੀਡੀਐਫ ਵੀ ਮੰਨ ਸਕਦੇ ਐ ਐਮਬੈਸੀ ਵਾਲੇ ਬੈਂ ਸੁਝਾ ਦਿੰਦਾ ਵੀ origignal ਮੰਗਾ ਕੇ ਬਾਈ ਡਾਕ origignal ਮੰਗੋ ਵੀ origignal ਮੰਗੋ ਉਹਦੀ ਫੋਟੋ ਕਾਪੀ ਇੱਕ ਕਰਕੇ ਰੱਖੋ ਨਾਲ ਕੋਲੇ ਤੇ ਇੱਕ ਅੰਬੈਸੀ ਦੇ ਵਿੱਚ ਫੋਟੋ ਕਾਪੀ ਦੇ ਦਿਓ origignal ਕੋਈ ਰੱਖੋ ਬੈਟਰ ਸੁਝਾ ਜੇਕਰ ਚੰਗਾ ਲੱਗਿਆ ਤੇ ਲਾਈਕ ਕਰ ਦਿਓ ਕਿਉਂਕਿ ਇਹ ਜ਼ਰੂਰੀ ਕਰਤਾ ਹੁਣਾ ਬੈਸੀ ਦੇ ਕੱਲ ਪਰਸੋਂ ਮੇਰਾ ਵੀਰ ਗਿਆ ਸੀ ਇੱਕ ਉਹਨਾਂ ਨੇ ਆਪ ਨੂੰ ਮੈਂ ਐਸੇ ਕਰਕੇ ਵੀਰਾਂ ਨੂੰ ਗਰੁੱਪਾਂ ਦੇ ਵਿੱਚ ਵੀ ਛੱਡ ਦਉਨਾ ਵੀ ਜਿਹੜਾ ਅੰਬੈਸੀ ਦੇ ਵਿੱਚ ਜਾਂਦਾ ਮੈਨੂੰ ਅਪਡੇਟ ਦੱਸੋ ਉਹ ਵੀਰ ਤੋਂ ਮੰਗੇ ਆ ਸਾਰੇ ਡਾਕੂਮੈਂਟ ਟੈਸਟਡ ਮੰਗੇ ਆ ਵੀ ਟੈਸਟਡ ਲੈ ਕੇ ਦਿਓ ਤੇ ਅੱਛਾ ਉਸ ਤੋਂ ਬਾਅਦ ਇੰਡੀਆ ਤੋਂ ਤੁਹਾਨੂੰ ਪਤਾ ਹੀ ਹੈ ਇੰਡੀਆ ਤੋਂ ਕੀ ਕੀ ਲੱਗਦਾ ਡੰਮੀ ਟਿਕਟ ਲੱਗਦੀ ਹੈ ਤੇ ਪੁਆਇੰਟ ਬਾਇਟ ਲੈਟਰ ਹੁੰਦਾ ਪਾਸਪੋਰਟ ਵੈਲਿਡ ਚਾਹੀਦਾ ਤੇ ਬਾਕੀ ਇੰਸ਼ੋਰੈਂਸ ਜ਼ਰੂਰੀ ਆ ਟਰੈਵਲ ਮੈਡੀਕਲ ਇੰਸ਼ੋਰੈਂਸ ਉਹ ਤੁਹਾਨੂੰ ਕਰਾਉਣਾ ਪੈਣਾ ਫੇਲ ਜਾਮਾ ਕਰਾਉਣ ਤੋਂ ਪਹਿਲਾਂ ਅੱਛਾ ਹੁਣ ਦੋਸਤੋ ਲਾਸਟ ਦੇ ਮੈਂ ਦੱਸਦਾ ਮੇਨ ਜਾਣਕਾਰੀ ਮੇਨ ਜਾਣਕਾਰੀ ਜਿਹੜੇ ਮੇਰੇ ਵੀਦਾਂ ਤੋਂ ਨੂੰ ਲਏ ਉਸ ਤੇ ਨਿਕਲੇ ਆ ਜਦੋਂ ਨੂੰ ਲਾਸਟ ਤੁਹਾਡਾ ਆ ਗਿਆ ਤੁਹਾਡੇ ਕੋਲ ਫੋਟੋ ਆ ਗਈ ਤੇ ਤੁਸੀਂ ਪਾਰਟੀਆਂ ਨਾ ਕਰਨ ਲੱਗ ਜਾ ਕਰੋ ਪਹਿਲਾਂ ਇੱਕ ਚੀਜ਼ ਦੇਖਿਆ ਕਰੋ ਧਿਆਨ ਨਾਲ ਸਾਰਾ ਨੂਲੇ ਉਸਤਾ ਤੇ ਪਾਸਪੋਰਟ ਦੀ ਕਾਪੀ ਹਣਾ ਦੋਵੇਂ ਸਾਹਮਣੇ ਰੱਖ ਲਿਆ ਕਰੋ ਉਹਦੇ ਵਿੱਚ ਕੀ ਵੇਖਣਾ ਤੁਸੀਂ ਨੂਲੇ ਉਸਤੇ ਦੇ ਉੱਤੇ ਅਤੇ ਪਾਸਪੋਰਟ ਦੇ ਉੱਤੇ ਮਤਲਬ ਜਿਹੜਾ ਕੋਸ ਪਾਸਪੋਰਟ ਤੇ ਹੈਗਾ ਉਹ ਨੂਲੇ ਉਸਤੇ ਨਾਲ ਤੁਸੀਂ ਮੈਚ ਕਰਨਾ ਕੀ ਕੀ ਮੈਚ ਕਰਨਾ ਤੁਹਾਡਾ ਨਾਮ ਠੀਕ ਆ ਸਹੀ ਹੋਵੇ ਕੋਈ ਐਕਟ ਵੀ ਅੱਖਰ ਦੀ ਗਲਤੀ ਨਹੀਂ ਹੋਣੀ ਚਾਹੀਦੀ ਪਾਸਪੋਰਟ ਤੇ ਤੈਨੂੰ ਲਿਓ ਉਸੇ ਦੇ ਤੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾਮ ਸਰਨੇਮ ਜੇਕਰ ਸੁਖਵੰਤ ਸਿੰਘ ਹੈਗਾ ਮੇਰਾ ਨਾਮ ਤੇ ਪਾਸਪੋਰਟ ਤੇ ਸੁਖਵੰਤ ਸਿੰਘ ਹੈਗਾ ਉੱਤੇ ਸਰਨੇਮ ਹੈ ਨੀਗਾ ਤੈਨੂੰ ਲਿਓ ਉਸ ਤੇ ਤੇ ਦੋ ਵਾਰੀ ਕਰਤਾ ਸੁਖਵੰਤ ਸਿੰਘ ਸੁਖਵੰਤ ਸਿੰਘ ਕੋਈ ਚੱਕਰ ਨਹੀਂ ਉਹ ਗੱਲਾਂ ਨਾਲ ਡਰੋ ਉਸ ਤੋਂ ਬਾਅਦ ਤੁਸੀਂ ਵੇਖਣਾ ਡੇਟ ਆਫ ਬਰਥ ਚੈੱਕ ਕਰਦੀਆਂ ਵੀ ਪਾਸਪੋਰਟ ਦੇ ਨਾਲ ਤਨੂਲੇ ਉਸਤੇ ਨਾਲ ਮੈਚ ਕਰਦੀ ਹੈ ਉਸ ਤੋਂ ਬਾਅਦ ਤੁਸੀਂ ਚੈੱਕ ਹੀ ਕਰਨਾ ਪਲੇਸ ਆਫ ਬਰਥ ਜਨਮ ਸਥਾਨ ਨੂਲੇ ਉਸਤੇ ਦੇ ਨਾਲ ਤੇ ਪਾਸਪੋਰਟ ਦੇ ਨਾਲ ਪਾਸਪੋਰਟ ਤੇ ਤੁਹਾਡਾ ਕਿਹੜਾ ਜਨਮ ਸਥਾਨ ਲਿਖਿਆ ਤੇ ਨੂਲੇ ਉਸਤੇ ਤੇ ਕਿਹੜਾ ਲਿਖਿਆ ਇਹ ਤਿੰਨ ਚੀਜ਼ਾਂ ਮੈਟਰ ਕਰਦੀਆਂ ਤੁਹਾਡਾ ਵੀਜ਼ਾ ਲੱਗਣ ਦੇ ਵਿੱਚ ਇਹ ਖਾਸ ਖਿਆਲ ਰੱਖਿਓ ਵੀ ਤਿੰਨ ਚੀਜ਼ਾਂ ਇਹ ਤੁਹਾਡੀਆਂ ਮੈਚ ਕਰਨਾ ਹੋਣਾ ਚਾਹੀਦੇ ਜੇ ਤਾਂ ਮੈਚ ਕਰ ਗਈਆਂ ਨੂਲਾ ਆਫਤ ਤੁਸੀਂ ਜਮਾ ਕਰਾਤਾ ਜੇ ਤਾਂ ਮੈਚ ਕਰ ਗਈਆਂ ਤਿੰਨੇ ਚੀਜ਼ਾਂ ਇੱਕ ਵੀ ਅੱਖਰ ਦੀ ਗਲਤੀ ਹੋ ਗਈ ਸਹੀ ਹੈ ਤੁਹਾਡਾ ਵੀਜ਼ਾ ਨਹੀਂ ਲੱਗਣਾ ਓਬਜੈਕਸ਼ਨ ਲੱਗ ਜਾਣਾ ਫਿਰ ਮੈਂ ਦੱਸਦਾ ਵੀਜ਼ਾ ਇੱਕ ਇੱਕ ਵੀ ਅੱਖਰ ਦੀ ਗਲਤੀ ਹੋ ਗਈ ਵੀਜ਼ਾ ਨਹੀਂ ਲੱਗਣਾ ਉਹਦੇ ਆਸਤੇ ਤੁਹਾਨੂੰ ਹੱਲ ਕੀ ਕਰਨਾ ਪੈਣਾ ਤਰੀਕਾ ਕੀ ਹੈ ਵੀ ਮਾਲਕ ਨੂੰ ਕਹੋ ਜਿੰਨੇ ਤੁਹਾਡੇ ਪੇਪਰ ਭਰੇ ਆ ਵੀ ਪਰਫਾ ਤੁਰੇ ਤੇ ਜਾ ਕੇ ਨਾਲ ਤੁਹਾਡੇ ਪਾਸਪੋਰਟ ਦੀ ਫੋਟੋ ਕਾਪੀ ਲੈ ਕੇ ਜਾਵੇ ਪਰਫਾ ਤੁਰੇ ਜਾਵੇ ਡਾਇਰੈਕਟ ਸਿੱਧਾ ਹਨਾ ਉੱਥੇ ਕਹਿ ਸਕਦਾ ਉਹਨਾਂ ਨੇ ਨਵਾਂ ਨੁਮਲਾਸਤਾ ਜਾਰੀ ਕਰ ਦੇਣਾ ਜਾਂ ਜੇ ਨਹੀਂ ਹੋ ਜਾਂਦਾ ਪਰਫਾ ਤੁਰੇ ਨੂੰ ਮਾਲਕ ਪੈਕ ਭੇਜ ਸਕਦਾ ਪੈਕ ਜਿਵੇਂ ਆਪਣੀ ਈਮੇਲ ਹੁੰਦੀ ਆ ਉਸ ਤਰ੍ਹਾਂ ਦੀ ਹੁੰਦੀ ਆ ਪੈਕ ਇਟਲੀ ਦੇ ਵਿੱਚ ਉਹ ਭੇਜ ਸਕਦਾ ਬਈ ਮੇਰਾ ਆ ਬੰਦਾ ਆ ਨੁਮਲਾਸਤਾ ਆ ਇਹਦਾ ਨੰਬਰ ਨੁਮਲੇ ਉੱਤੇ ਦਾ ਆਦੀ ਫੋਟੋ ਕਾਪੀ ਇਹਦੇ ਵਿੱਚ ਗਲਤੀ ਹੋ ਗਈ ਹੈ ਇਹਦੇ ਨਾਮ ਦੇ ਵਿੱਚ ਇੱਕ ਅੱਖਰ ਗਲਤ ਜਾਂ ਜਨ ਦੇਸ਼ ਵਰਤ ਦੇ ਵਿੱਚ ਗਲਤ ਜਾਂ ਇਹਦੇ ਜਨਮ ਸਥਾਨ ਦੇ ਵਿੱਚ ਗਲਤ ਤੇ ਵੀ ਇਹਨੂੰ ਕਰੈਕਟ ਕੀਤਾ ਜਾਵੇ ਜਿਹੜੀ ਉਹ ਪਿਕ ਮੇਲ ਕਰੂਗਾ ਮਾਲਕ ਉਹ ਪਿਕ ਦੀ ਕਾਪੀ ਤੁਸੀਂ ਇੱਕ ਨਾਲ ਲੈ ਕੇ ਫੇਰ ਫਾਈਲ ਜਮਾ ਕਰਾਓ ਦੋਸਤੋ ਕੋਈ ਆਬਜੈਕਸ਼ਨ ਨਹੀਂ ਆਊਗਾ ਨੂਲਾ ਹੋਸਾ ਠਾਠ ਆਊਗਾ ਉਹ ਵੀਜ਼ਾ ਠਾਠ ਆਊਗਾ ਠੀਕ ਹੈ ਜੇਕਰ ਤੁਸੀਂ ਨਹੀਂ ਲਗਾਉਂਦੇ ਉਹ ਐਮਬੈਸੀ ਨੇ ਆਬਜੈਕਸ਼ਨ ਜ਼ਰੂਰ ਲਾਉਣਾ ਤੁਹਾਨੂੰ ਕੁਝ ਨਹੀਂ ਦੱਸਣਾ ਵੀ ਤੁਹਾਡੇ ਕੀ ਕਿਹੜੇ ਚੀਜ਼ ਦੇ ਵਿੱਚ ਫਰਕ ਆ ਐਮਬੈਸੀ ਨੇ ਨਹੀਂ ਦੱਸਣਾ ਤੁਹਾਨੂੰ ਇੱਕ ਮੇਲ ਆਉਣੀ ਹੈ ਵੀ ਨੂਲੇ ਉਸ ਦੇ ਵਿੱਚ ਤੇ ਪਾਸਪੋਰਟ ਦੇ ਵਿੱਚ ਡਿਫਰੈਂਸ ਆ ਫਰਕ ਤੁਹਾਨੂੰ ਕਹੇ ਨਹੀਂ ਦੱਸਣਾ ਉਸ ਤੋਂ ਚੰਗਾ ਬੈਟ ਰਹੀ ਹੈ ਵੀ ਤੁਸੀਂ ਖੁਦ ਪੜ ਲਿਆ ਕਰੋ ਚੈੱਕ ਕਰੋ ਵੀ ਜੇ ਫਰਕ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਉਣ ਤੋਂ ਪਹਿਲਾਂ ਤੁਸੀਂ ਮਾਲਕ ਨੂੰ ਕਹੋ ਆਪਣੇ ਏਜੰਟ ਨੂੰ ਕਹੋ ਵੀ ਮੈਨੂੰ ਇਹ ਠੀਕ ਕਰਵਾ ਕੇ ਇਹਦੀ ਮੇਲ ਭੇਜੋ ਨਾਲ ਉਹਦੀ ਕਾਪੀ ਲਾ ਕੇ ਮੇਲ ਦੀ ਫਿਰ ਜਮ੍ਹਾਂ ਕਰਾਓ ਕੋਈ ਕਿਤੇ ਨਹੀਂ ਕੋਈ ਟਾਈਮ ਨਹੀਂ ਲੱਗਦਾ ਮਾਲਕ ਦਾ ਵੀ ਕੋਈ ਟਾਈਮ ਲੱਗਦਾ ਇਹ ਕੰਮ ਕਰਾਉਣ ਤੇ ਠੀਕ ਆ ਜੇਕਰ ਤੁਹਾਡਾ ਪੈਂਡਿੰਗ ਦੇ ਵਿੱਚ ਪੈ ਗਿਆ ਅੰਬੈਸੀ ਨੇ ਆਬਜੈਕਸ਼ਨ ਲਾਤਾ ਤੁਹਾਨੂੰ ਵੀਜ਼ਾ ਲੱਗਣ ਦੇ ਵਿੱਚ 3 ਮਹੀਨੇ ਵੀ ਲੱਗ ਸਕਦੇ ਆ ਠੀਕ ਹੋਣ ਦੇ ਵਿੱਚ 4 ਮਹੀਨੇ ਵੀ ਲੱਗ ਸਕਦੇ 6 ਮਹੀਨੇ ਵੀ ਲੱਗ ਸਕਦੇ ਸੋ ਇਸ ਗੱਲ ਦਾ ਖਾਸ ਖਿਆਰ ਕਰੇ ਬਾਈ ਇਹ ਸੀਗੀ ਮੇਨ ਜਾਣਕਾਰੀ ਤੁਹਾਡੇ ਵਾਸਤੇ ਤੇ ਜੇਕਰ ਵੀਡੀਓ ਚੰਗੀ ਲੱਗ ਗਈ ਆ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜੇ ਸ਼ੇਅਰ ਨਹੀਂ ਕਰ ਨਹੀਂ ਕਰ ਲਾਈਕ ਤਾਂ ਜਰੂਰ ਕਰ ਦਿਓ ਮੇਰੇ ਬਾਈ ਤੇ ਮਿਲਦੇ ਆਂ ਅੱਜ ਲਾਈਵ ਦੇ ਵਿੱਚ ਸ਼ਾਇਦ ਉਹੀ ਟਾਈਮ ਇਟਲੀ ਦੇ 12:30 ਵਜੇ ਦੇ ਵਿੱਚ ਵਿੱਚ ਓਕੇ ਸਸਤੀ ਕਸਰ ਨੂੰ ਰੱਬ ਰੱਖਾ